ਇੱਕ ਸਵਾਰੀਆਂ ਦੇ ਨਾਲ ਭਰੀ PRTC ਦੀ ਬੱਸ ਨੇ ਕਾਰ ਨੂੰ ਟੱਕਰ ਮਾਰੀ ਹੈ, ਜਿਸ ਦੇ ਕਾਰਨ ਗੱਡੀ ਸੜਕ ਦੇ ਉੱਤੇ ਕਈ ਪਲਟੀਆਂ ਖਾ ਗਈ ਤੇ ਇਸ ਤੋਂ ਬਾਅਦ ਜੋ ਬੱਸ ਸੀ ਉਸ ਦੇ ਪਿੱਛੇ ਆ ਕੇ ਤੇਜ਼ ਰਫ਼ਤਾਰ ਦੇ ਨਾਲ ਇੱਕ ਗੈਸ ਨਾਲ ਭਰਿਆ ਟੈਂਕਰ ਵੱਜਦਾ, ਜਿਸ ਦੇ ਕਾਰਨ ਕਈ ਸਵਾਰੀਆਂ ਬੱਸ ਦੀਆਂ ਵੀ ਜ਼ਖਮੀ ਹੋਈਆਂ ਨੇ। ਤਾਂ ਦੱਸ ਦਈਏ ਕਿ ਜਿਸ ਗੱਡੀ ਦੇ ਵਿੱਚ PRTC ਦੀ ਬੱਸ ਨੇ ਟੱਕਰ ਮਾਰੀ ਉਸਨੂੰ ਇੱਕ ASI ਚਲਾ ਰਿਹਾ ਸੀ ਤੇ ASI ਆਪਣੇ ਪਰਿਵਾਰ ਸਮੇਤ ਜਦੋਂ ਘਰ ਜਾ ਰਿਹਾ ਸੀ ਤਾਂ ਫਗਵਾੜਾ ਦੇ ਕੋਲ ਕਿਹਾ ਜਾ ਰਿਹਾ ਕਿ ਪਿੱਛੋਂ ਦੀ ਆ ਰਹੀ ਇੱਕ PRTC ਦੀ ਬੱਸ ਨੇ ਗੱਡੀ ਨੂੰ ਟੱਕਰ ਮਾਰੀ, ਜਿਸ ਦੇ ਕਾਰਨ ਗੱਡੀ ਕਈ ਪਲਟੀਆਂ ਖਾਂਦੀ ਹੋਈ ਹਾਈਵੇ ਤੇ ਹੀ ਮੁੱਦੀ ਹੋ ਜਾਂਦੀ ਹੈ, ਜਿਸ ਤੋਂ ਬਾਅਦ ਦੇ ਵਿੱਚ ਬੱਸ ਦੇ ਵਿੱਚ ਪਿੱਛੋਂ ਆ ਕੇ ਇੱਕ ਟੈਂਕਰ ਵੱਜਦਾ, ਜਿਸ ਦੇ ਕਾਰਨ ਬੱਸ ਵੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ ਤੇ ਉਸ ਦੇ ਵਿੱਚ ਬੈਠੀਆਂ ਸਵਾਰੀਆਂ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਤਾਂ ਇਹ ਤਸਵੀਰਾਂ ਫਗਵਾੜਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬ੍ਰਿਜ਼ਾ ਗੱਡੀ ਸੜਕ 'ਤੇ ਮੁੱਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਦੱਸ ਦਈਏ ਕਿ ਦੂਜੇ ਪਾਸੇ ਹੁਣ ਜੋ ਗੈਸ ਦਾ ਟੈਂਕਰ ਹੈ ਉਸਦਾ ਵੀ ਵੱਡਾ ਬਚਾਅ ਹੋਇਆ, ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਟੈਂਕਰ ਜੋ ਹੈ ਪੂਰਾ ਗੈਸ ਦੇ ਨਾਲ ਭਰਿਆ ਹੋਇਆ ਸੀ। ਜੇਕਰ ਕੋਈ ਗੈਸ ਦੇ ਟੈਂਕਰ ਦੇ ਵਿੱਚ ਚੀਜ਼ ਵੱਜਦੀ ਤਾਂ ਹੋ ਸਕਦਾ ਕਿ ਗੈਸ ਦਾ ਰਿਸਾਵ ਹੋ ਸਕਦਾ ਸੀ, ਗੈਸ ਲੀਕ ਹੋ ਸਕਦੀ ਸੀ, ਜਿਸ ਦੇ ਕਾਰਨ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਵਾਪਰ ਸਕਦਾ ਸੀ। ਪਰ ਗਨੀਮਤ ਰਹੀ ਹੈ ਕਿ ਗੈਸ ਦੇ ਟੈਂਕਰ ਦਾ ਜੋ ਚਾਲਕ ਸੀ ਉਸਨੇ ਸੂਝਬੂਝ ਦਿਖਾਈ ਅਤੇ ਟੈਂਕਰ ਨੂੰ ਕੰਟਰੋਲ ਕਰ ਲਿਆ, ਕਿਉਂਕਿ ਦੱਸਿਆ ਜਾ ਰਿਹਾ ਕਿ ਅਚਾਨਕ ਹੀ PRTC ਦੀ ਬੱਸ ਨੇ ਪਹਿਲਾਂ ਗੱਡੀ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਪਿੱਛੇ ਆ ਰਿਹਾ ਟੈਂਕਰ ਜੋ ਹੈ ਉਹ ਬੇਕਾਬੂ ਹੁੰਦਾ ਹੋਇਆ ਡਿਵਾਈਡਰ ਦੇ ਉੱਪਰ ਚੜ ਜਾਂਦਾ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਫਗਵਾੜਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪਹਿਲਾਂ ਤਾਂ PRTC ਦੀ ਬੱਸ ਨੇ ਇੱਕ ਗੱਡੀ ਨੂੰ ਟੱਕਰ ਮਾਰੀ ਤੇ ਫਿਰ PRTC ਦੀ ਬੱਸ ਨੂੰ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਇੱਕ ਟੈਂਕਰ ਨੇ ਟੱਕਰ ਮਾਰੀ ਜੋ ਕਿ ਗੈਸ ਦੇ ਨਾਲ ਭਰਿਆ ਹੋਇਆ ਸੀ। ਮੇਰੀ ਗੱਡੀ ਇਹੀ ਹੈ ਗੈਸ ਵਾਲੀ ਭਰੀ ਹੈ ਕਿ ਖਾਲੀ? ਭਰੀ ਹੈ। ਤੇ ਕੀ ਕਿੰਨਾ ਹਟ ਹੋ ਗਿਆ, ਐਕਸੀਡੈਂਟ ਕਿੱਦਾਂ ਹੋ ਗਿਆ ਜੀ? ਇਹ ਜੀ ਮੈਂ ਹੁੰਦਿਆਂ ਤੇ ਬੱਸ ਵਾਲੇ ਨੇ ਮੇਰੇ ਗਾੜੀ ਅਰਜੈਂਟ ਬ੍ਰੇਕ ਮਾਰੀ। ਅੱਛਾ ਜੀ। ਬੱਸ ਵਾਲੇ ਨੇ ਬ੍ਰੇਕ ਮਾਰੀ, ਮੈਂ ਉਹਦੇ ਪਿੱਛੇ ਮਾਰੀ ਹੈ, ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ, ਖਿੱਚਦਾ ਮੈਂ ਇੱਥੇ ਤੱਕ ਆ ਗਿਆ। ਬਾਕੀ ਆ ਵੇਖ ਲਓ ਤੇ ਦੇਖ, ਗੱਡੀ ਬ੍ਰੇਕ ਨਾਲ ਕਾਰ ਵੀ ਠੁੱਕੀ ਆ ਕੋਈ? ਕਾਰ ਵਾਲੇ ਦਾ ਮਤਲਬ ਕਾਰ ਵਾਲੇ ਨੇ ਉਹਦੇ ਗਾੜੀ ਬ੍ਰੇਕ ਮਾਰੀ। ਕਾਰ ਵਾਲੇ ਬੱਸ ਵਾਲੇ ਬ੍ਰੇਕ ਮਾਰੀ? ਬੱਸ ਵਾਲੇ ਦੇ। ਬੱਸ ਵਾਲੇ ਤੁਸੀਂ ਮਗਰ ਲੱਗੇ? ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਜਾਨੀ ਤਾਂ ਬਚਾਅ ਹੋ ਗਿਆ, ਬਾਕੀ ਇਹ ਆ ਵੀ ਕਿੰਨੇ ਕੁ ਲੋਕ ਜ਼ਖਮੀ ਹੋਏ ਆ? ਚੋ ਕਿੰਨੇ ਕੁ ਲੋਕ ਜ਼ਖਮੀ ਹੋਏ ਆ? ਜ਼ਖਮੀ ਤਾਂ ਥੋੜ੍ਹੇ ਬਹੁਤ ਹੋਏ ਆ ਬੱਸ ਦੇ ਵਿੱਚ ਜਿਹੜੇ ਸੀ ਉਹ। ਤੁਸੀਂ ਕਿੰਨੇ ਜਣੇ ਸੀ ਜੀ? ਮੈਂ ਇਕੱਲਾ। ਬ੍ਰਦਰ, ਗੈਸ ਪੂਰਾ ਕੈਂਟਰ ਭਰਿਆ ਹੋਇਆ ਗੈਸ ਦਾ? ਹਾਂਜੀ ਹਾਂਜੀ। ਐਡਾ ਤੁਸੀਂ ਲੈ ਕੇ ਤੁਰੇ ਹੋ ਤੇ ਲੋਕੀ ਦੱਸਦੇ ਪਏ ਵੀ ਕਹਿੰਦੇ ਵੀ ਸ਼ਾਇਦ ਤੁਹਾਡੀ ਗਲਤੀ ਆ ਜੀ। ਮੇਰੀ ਕਾਹਦੀ ਗਲਤੀ? ਮੈਂ ਪਿੱਛੋਂ ਲਿਆ ਕੇ ਠੋਕਤਾ ਸਭ ਤੋਂ ਲਾਸਟ ਮੈਂ ਹੀ ਹਾਂ। ਨਹੀਂ, ਪਿੱਛੋਂ ਲਿਆ ਕੇ ਠੋਕਤਾ ਤੁਸੀਂ ਕਹਿੰਦੇ? ਪਿੱਛੋਂ ਕਿਉਂ ਲਿਆ ਕੇ ਠੋਕਿਆ ਜੀ? ਇਹਨਾਂ ਦੇ ਅੱਗੇ ਬ੍ਰੇਕ ਵੱਜ ਗਈ, ਮੈਂ ਆਰਾਮ ਨਾਲ। ਗੈਸ ਲੀਕ ਹੋ ਜਾਂਦਾ ਤੇ ਕਿੰਨਾ ਕੁ ਨੁਕਸਾਨ ਹੋ ਜਾਣਾ ਇੱਥੇ ਲੋਕਾਂ ਦਾ? ਨੁਕਸਾਨ ਤੇ ਫਿਰ ਹੋਣਾ ਹੀ ਹੁੰਦਾ ਵਾ, ਜੇ ਮਤਲਬ ਮੈਂ ਤੇ ਉਹ ਬਚਾਅ ਕੀਤਾ, ਸਗੋਂ ਬਹੁਤ ਜ਼ਿਆਦਾ ਬਚਾਅ ਕੀਤਾ, ਨਹੀਂ ਤੇ ਉਹ ਬੱਸ ਦੀ ਹਾਲਤ ਦੇਖ ਲਓ। ਤੁਸੀਂ ਠੀਕ ਆ? ਤੁਹਾਡੇ ਕੋਈ ਵਿਚਾਰਿਆ ਸੜਕ ਤੇ? ਨਾਰਮਲ ਚੱਕਾ। ਬੱਸ ਮੂਰੇ ਸੀ, ਗੱਡੀ ਆ ਰਹੀ ਸੀ, ਬੱਸ ਵਾਲੇ ਨੇ ਗੱਡੀ ਵਾਲੇ ਨੂੰ ਮਾਰਿਆ ਵਾ। ਮੈਂ ਕ੍ਰੋਸ ਕੀਤੀ ਇਤਨੂੰ ਗੱਡੀਆਂ ਬਿਲਕੁਲ ਨਾਲ ਸੁੱਟ ਗਈਆਂ ਜੇ GT ਰੋਡ ਤੇ, ਉਹ ਵੀ ਤੇ ਐਸੀ ਬੱਸ ਵੀ। ਅੱਛਾ, ਤੁਹਾਨੂੰ ਪਤਾ ਲੱਗਾ ਮਗਰ ਚੁੱਕਦਾ ਨੂੰ।
ਵਿੱਚ ਪਰਿਵਾਰ ਸੀਗਾ ਤਾਂ ਹਾਂਜੀ ਕਿੰਨੇ ਜੀ ਪੰਜੀ ਵਿਚਾਰੇ ਸਾਰਿਆਂ ਦਾ ਜੀ ਤੇ ਮੇਰੀ ਵਿੱਚ ਤੋਂ ਆਨੇ ਪਿਆ ਪਿਓ ਭਰਾ ਦੀ ਕੁੜੀ ਤੇ ਮੇਰੀ ਵਾਈਫ ਤੇ ਮੈਂ ਕਿਆ ਡਰ ਸਾਡੇ ਗੋਲਡੀ ਨੇ ਮਤਲਬ ਤੁਮ ਦਿੱਲੀ ਦੇ ਇਕੱਠੇ ਸਤਿੰਦਰ ਸਿੰਘ ਤੋੜ ਕੇ ਬਸ ਠੀਕ ਹੈ ਹੁਣ ਸਾਰਾ ਪਰਿਵਾਰ ਗਏ ਬਾਕੀ ਠੀਕ ਸਾਡਾ ਮੜ ਜੀ ਮੇਰੇ ਆਈ ਹੱਥ ਤੇ ਆਈ ਗੱਡੀ ਦਾ ਨੁਕਸਾਨ ਆਇਆ ਬਾਕੀ ਤੇ ਠੀਕ ਹੈ ਜੀ ਗੱਡੀ ਦਾ ਉੱਤੇ ਚੜ ਜਾ ਲਈ ਬਸ ਉਹਨਾਂ ਸ਼ੁਗਰ ਪਿਓ ਪਟਰੀ ਚੜ ਗਈ ਤੇ ਤੈਨੂੰ ਬੱਸ ਵਾਲੇ ਪਿੱਛੋਂ ਹਿੱਟ ਕੀਤੀ ਗੱਡੀ ਤੁਹਾਡੀ ਹਾਂਜੀ ਬਸ ਆਈ ਅੱਗੇ ਜਾ ਰਹੇ ਉਸ ਸਾਈਡ ਤੇ ਆਉਂ ਡਿਆ ਜੀ ਸਾਈਡ ਬਸ ਤੇ ਸੀਗੇ ਜੀ ਪਿੱਛੋਂ ਉਹਨਾਂ ਨੂੰ ਮਗਰੋਂ ਪਤਾ ਨਹੀਂ ਉਹ ਮਗਰੋਂ ਟਰਾਲਾ ਮਗਰ ਹੈ ਨਾ ਟਰਾਲਾ ਵਿੱਚ ਸਫ਼ਰ ਕਰ ਰਹੇ ਸੀ ਨਾ ਵਿੱਚ ਬਸ